ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, 1 ਨਵੰਬਰ 1984 ਇਹ ਕਾਲਾ ਦਿਨ ਆਖਿਰ ਸਿੱਖ ਕੌਮ ਕਿੱਦਾਂ ਭੁੱਲ ਸਕਦੀ ਹੈ, ਜਦੋਂ ਬੇਕਸੂਰੇ ਸਿੱਖਾਂ ਦਾ ਲਹੂ ਬੇਵਜ੍ਹਾ ਉਹਨਾਂ ਦੀ ਆਪਣੀ ਧਰਤੀ ਤੇ ਬਹਾਇਆ ਗਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਸੀ ਜਾਂ ਮਰਵਾਇਆ ਗਿਆ ਸੀ। ਕੁਦਰਤ ਨੇ ਕੁਝ ਨਹੀਂ ਸੀ ਕੀਤਾ, ਇਹ ਉਹ ਕਹਿਰ ਸੀ ਜਿਹੜਾ ਜ਼ਾਲਮ ਸਰਕਾਰਾਂ ਵੱਲੋਂ ਢਾਇਆ ਗਿਆ ਸੀ। ਪੂਰੇ ਭਾਰਤ ਵਿੱਚ ਅਲੱਗ ਅਲੱਗ ਥਾਂ ਤੇ ਪਤਾ ਨਹੀਂ ਕਿੰਨੇ ਹੀ ਸਿੱਖਾਂ ਨੂੰ ਬੇਮੌਤ ਮਾਰਿਆ ਗਿਆ, ਕਤਲ ਕੀਤਾ ਗਿਆ। ਪਰ ਜਦੋਂ ਵੀ ਸਿੱਖ ਨਸਲ ਕੁਸ਼ੀ ਦੀ ਗੱਲ ਆਉਂਦੀ ਹੈ ਤਾਂ ਅਕਸਰ ਅਸੀਂ ਦਿੱਲੀ, ਹਰਿਆਣਾ ਜਾਂ ਪੰਜਾਬ ਦੀ ਹੀ ਗੱਲ ਕਰਦੇ ਹਾਂ। ਅੱਜ ਤੁਹਾਡੇ ਰੂਬਰੂ ਕਰਨ ਲੱਗੇ ਹਾਂ ਸਲਾਲ ਡੈਮ ਜੰਮੂ ਕਸ਼ਮੀਰ ਦੀ ਉਹ ਡਾਕੂਮੈਂਟਰੀ, ਜਿਸ ਨੂੰ ਸੁਣ ਤੁਹਾਡੇ ਵੀ ਰੋਕੰਡੇ ਖੜ੍ਹੇ ਹੋ ਜਾਣਗੇ, ਤੁਹਾਡੀਆਂ ਵੀ ਅੱਖਾਂ ਭਰ ਆਣਗੀਆਂ ਕਿ ਆਖਿਰ ਸਲਾਲ ਡੈਮ 'ਚ ਕਿਸ ਤਰ੍ਹਾਂ ਸਿੱਖਾਂ ਨੂੰ ਮਾਰਿਆ ਗਿਆ ਸੀ। ਮੇਰਾ ਨਾਮ ਸੁਦੇਸ਼ ਕੌਰ ਹੈ ਜੀ। ਮੇਰੇ ਹਸਬੈਂਡ ਦਾ ਨਾਮ ਰਾਮ ਰਿਸ਼ਪਾਲ ਸਿੰਘ, ਸਰਦਾਰ ਰਾਮ ਰਿਸ਼ਪਾਲ ਸਿੰਘ ਹੈ। ਇਹ ਜੰਮੂ ਸਲਾਲ ਡੈਮ NHPC ਵਿੱਚ ਕਰੇਨ ਆਪਰੇਟਰ ਦਾ ਕੰਮ ਕਰਦੇ ਸੀਗੇ। 1 ਨਵੰਬਰ 1984 ਨੂੰ ਇਹ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਸੀ ਸਿੰਘ ਰਲ ਕੇ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਖੁਸ਼ੀਆਂ ਦਾ ਸੇਵਾ ਚੱਲ ਰਹੀ ਸੀ। 1 ਨਵੰਬਰ 1984 ਨੂੰ ਰਿਆਸੀ ਵੱਲੋਂ ਕੋਈ ਲੋਕ ਇਕੱਠੇ ਹੋ ਕੇ ਹਜੂਮ ਆਇਆ, ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ। ਸਾਰੇ ਸਿੰਘ ਅੰਦਰ ਦੌੜ ਕੇ ਵੜ ਗਏ ਅਤੇ ਉਹਨਾਂ ਨੇ ਕੋਠੇ ਦੇ ਉੱਤੋਂ ਛੱਤਾਂ ਨੂੰ ਗ੍ਰਨੇਟ ਮਾਰ ਮਾਰ ਕੇ ਤੋੜਿਆ ਅਤੇ ਮਿੱਟੀ ਦਾ ਤੇਲ ਪਾ ਪਾ ਕੇ ਅੱਗਾਂ ਲਗਾਈਆਂ। ਅਤੇ ਜਿਸ ਹਾਲਤ ਵਿੱਚ ਵੀ ਸੀਗੇ ਸਾਰਾ ਦਿਨ ਉਹ ਸ਼ਰਾਰਤੀ ਲੋਕ ਕਰਦੇ ਰਹੇ। ਮੁੜ ਕੇ 5 ਵਜੇ ਫਿਰ ਵੀ 8 ਆਦਮੀ ਠੀਕ ਠਾਕ, ਮਤਲਬ ਹੱਥ ਉੱਪਰ ਕਰਕੇ ਜਿੱਦਾਂ ਦੀ ਵੀ ਹਾਲਤ ਵਿੱਚ ਸੀਗੇ, ਅੱਖਾਂ ਨੂੰ ਧੂੰਆਂ ਲੱਗਾ ਹੋਇਆ ਸੀ, ਬਾਹਰ ਆਏ 8 ਆਦਮੀ ਲਾਈਨ ਵਿੱਚ ਖੜ੍ਹੇ ਕੀਤੇ ਅਤੇ ਉਹਨਾਂ ਨੇ ਫਿਰ ਲੋਕਾਂ ਨੇ ਸਰੀਏ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ। ਪਰ ਉਸ ਵੇਲੇ ਇੰਨੇ ਹਜੂਮ ਦੇ ਸਾਹਮਣੇ
ਕੋਈ ਪੇਸ਼ ਨਹੀਂ ਚੱਲੀ ਉਹਨਾਂ ਲੋਕਾਂ ਦਾ। ਮੈਨੂੰ ਪਤਾ ਵੀ ਨਹੀਂ ਉਹ ਕਿਹੜੇ ਲੋਕ ਸੀਗੇ, ਰਿਆਸੀ ਤੋਂ ਆਏ। ਅਤੇ 13 ਦਿਨ ਬਾਅਦ ਸਾਨੂੰ ਸਰਦਾਰ ਕਾਬਲ ਸਿੰਘ ਉਹਨਾਂ ਨੇ ਆ ਕੇ ਦੱਸਿਆ ਕਿ ਇਸ ਤਰ੍ਹਾਂ ਕਰਫਿਊ ਤੋਂ 13 ਦਿਨ ਬਾਅਦ ਹਟਿਆ। ਅਤੇ ਫਿਰ ਉਹ ਆਏ ਘਰ ਆ ਕੇ ਉਹਨਾਂ ਨੇ ਸਾਨੂੰ ਦੱਸਿਆ। ਅਤੇ 13 ਦਿਨ ਬਾਅਦ ਅਸੀਂ ਜਦੋਂ ਉੱਥੇ ਜਾ ਕੇ ਫਿਰ ਦੇਖਿਆ ਅਤੇ ਸਾਨੂੰ ਇਹ ਪੱਗ ਇਹ ਉੱਥੇ ਨਿਸ਼ਾਨ ਸਾਹਿਬ ਦੇ ਲੱਗ ਪਈ ਸੀ, ਜੋ ਅਸੀਂ ਚੱਕ ਕੇ ਲੈ ਕੇ ਆ ਗਏ। ਹੋਰ ਸਾਨੂੰ ਕੁਛ ਨਹੀਂ ਮਿਲਿਆ ਉੱਥੋਂ, ਜੋ ਅਸੀਂ ਅੱਜ ਤੱਕ ਦੇਖ ਕੇ ਰੋਂਦੇ ਹਾਂ ਇਸ ਪੱਗ ਨੂੰ। ਬਾਕੀ ਸਾਡੇ ਬੱਚੇ ਉੱਥੋਂ ਕੋਈ ਕਲੇਮ ਨਹੀਂ ਮਿਲਿਆ, ਬੱਚਿਆਂ ਨੂੰ ਕੋਈ ਨੌਕਰੀ ਨਹੀਂ ਮਿਲੀ। ਬਸ ਇਸ ਪੱਗ ਦੇ 13 ਦਿਨ ਬਾਅਦ ਜਿਹੜੀ ਸਾਨੂੰ ਮਿਲੀ ਆ, ਇਹਦੇ ਸਹਾਰੇ ਅਸੀਂ ਅੱਜ ਤੱਕ ਆਪਣੇ ਦਿਨ ਜਿਹੜੇ ਕੱਟਦੇ ਹਾਂ। ਬਾਕੀ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ, ਜੋ ਇਹਨਾਂ ਦੀ ਆਖਰੀ ਇਹਨਾਂ ਦੀਆਂ ਦੇਹ ਵੀ ਨਹੀਂ ਸਾਨੂੰ ਪ੍ਰਾਪਤ ਹੋਈਆਂ। ਉਹ ਵੀ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਉਹਨਾਂ ਨੇ ਝਨਾਹ ਦੇ ਕਿਨਾਰੇ ਪਤਾ ਨਹੀਂ ਇਕੱਠਿਆਂ ਦਾ ਸੰਸਕਾਰ ਕੀਤਾ, ਉਹ ਵੀ ਸਾਨੂੰ ਕੁਛ ਪਤਾ ਨਹੀਂ ਜੀ। ਬਾਕੀ ਇਸ ਪੱਗ ਦੇ ਸਹਾਰੇ ਅਸੀਂ ਅੱਜ ਤੱਕ ਇਹਨੂੰ ਦੇਖ ਕੇ ਜਿੰਨੇ, ਕਿਸੇ ਵੀ ਸਰਕਾਰ ਨੇ ਸਾਨੂੰ ਆ ਕੇ ਪੁੱਛਿਆ ਨਹੀਂ ਤੁਸੀਂ ਕਿਸ ਤਰ੍ਹਾਂ ਜਿੰਨੇ ਆ, ਕਿਸ ਤਰ੍ਹਾਂ ਕਰਦੇ ਆ। ਬਾਕੀ ਸਾਡੀ ਮੰਗ ਇਹੀ ਆ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਜੋ ਇੱਦਾਂ ਹੀ ਸ਼ਰੇਆਮ ਘੁੰਮਦੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੇਰਾ ਨਾਂ ਦਰਬਾਰਾ ਸਿੰਘ ਆ, ਮੈਂ ਪਿੰਡ ਦਾ ਲੰਬੜਦਾਰ ਹਾਂ ਮੂਨ ਖੁਰਦ। ਇਹ ਜੋ ਭਾਈ ਸੁਭਾਸ਼ ਸਿੰਘ ਜੀ ਸਾਡੇ ਛੋਟੇ ਭਾਈ ਸਨ ਚਾਰਾਂ ਵਿੱਚੋਂ, ਇਹਨਾਂ ਨੂੰ 1 ਨਵੰਬਰ 1984 ਨੂੰ ਜੋ ਕਿ ਉੱਥੇ ਕਲੀਨ ਪ੍ਰੋਪਰਟੀ ਐਜ਼ ਏ ਨੌਕਰੀ ਕਰਦੇ ਸੀ, ਸਿੱਖ ਕਤਲੇਆਮ ਵਿੱਚ ਸ਼ਹੀਦ ਕਰ ਦਿੱਤਾ ਗਿਆ। ਸਾਨੂੰ 13 ਦਿਨਾਂ ਬਾਅਦ ਇਸ ਦਾ ਪਤਾ ਲੱਗਾ, ਜੋ ਕਿ ਕਾਲ ਸਿੰਘ ਉੱਥੇ ਦੇਰੀ ਵਾਲ ਤੋਂ ਨੌਕਰੀ ਕਰਦੇ ਸੀ, ਉਹਨਾਂ ਨੇ ਆ ਕੇ ਦੱਸਿਆ ਕਿ ਤੁਹਾਡਾ ਭਾਈ ਉੱਥੇ ਮਾਰ ਦਿੱਤਾ ਗਿਆ। ਅਸੀਂ 13 ਦਿਨਾਂ ਬਾਅਦ ਗਏ ਹਾਂ, ਉਹਨਾਂ 13 ਦਿਨਾਂ ਤੋਂ ਬਾਅਦ ਮੇਰੇ ਵੱਡੇ ਭਾਈ ਸਾਹਿਬ ਅਤੇ ਇਹ ਜੋ ਸਾਡੀ ਭਰਜਾਈ ਸੀ, ਇਹਨਾਂ ਜਾ ਕੇ ਉੱਥੇ ਜੋ ਇਹ ਪੱਗ ਹੈ ਇਹ ਸਾਨੂੰ ਮਿਲੀ ਆ ਉੱਥੋਂ, ਜੋ ਉਹਦੀ ਨਿਸ਼ਾਨੀ ਹੈ ਅੱਜ ਤੱਕ, ਜਿਸ ਨੂੰ ਪੁੱਜੀ ਕਰਕੇ ਅਸੀਂ ਅੱਜ ਤੱਕ ਦੇਖਦੇ ਹਾਂ ਕਿ ਸਾਡਾ ਭਾਈ ਸੀ। ਅੱਜ ਤੱਕ ਸਾਨੂੰ ਉਹਦੀ ਕੋਈ ਲਾਸ਼ ਨਹੀਂ ਮਿਲੀ, ਅਜੇ ਤੱਕ ਪਤਾ ਹੈ ਕਿ ਸਾਨੂੰ ਲੱਗਦਾ ਕਿ ਸ਼ਾਇਦ ਸਾਡਾ ਭਾਈ ਕਿਤੇ ਜਿੰਦਾ ਹੋਵੇ ਸਾਨੂੰ ਮਿਲ ਪਵੇ। ਪਰ ਉਹ ਜੋ 84 ਦੇ ਕਾਤਲ ਹਨ ਉਸੇ ਤਰ੍ਹਾਂ ਉੱਥੇ ਘੁੰਮ ਰਹੇ ਹਨ, ਸਰਕਾਰ ਨੇ ਕੋਈ ਇਨਸਾਫ ਨਹੀਂ ਕੀਤਾ। ਅਸੀਂ ਇਹ ਸਾਡੀ ਬੇਨਤੀ ਹੈ ਕਿ ਕੋਈ ਸਰਕਾਰ ਪ੍ਰਤੀ ਵੀ ਜੋ ਨਿਊਜ਼ ਲੈਣ ਵਾਲੇ ਵੀ ਸਾਡੇ ਨਾਲ ਕੋਈ ਇਨਸਾਫ ਕੀਤਾ ਜਾਵੇ, ਸਾਡੇ ਬੱਚਿਆਂ ਨੂੰ ਨੌਕਰੀ ਦਿਵਾਈ ਜਾਵੇ, ਹੋਰ ਕੋਈ ਮਾਲੀ ਸਹਾਇਤਾ ਦੇ ਕੇ ਇਹਦੀ ਮਦਦ ਕੀਤੀ ਜਾਵੇ। ਮੈਂ ਸਰਦਾਰ ਰਾਮ ਰਸ਼ਪਾਲ ਸਿੰਘ ਉਹਨਾਂ ਦਾ ਬੇਟਾ ਜੀ, 1 ਨਵੰਬਰ 1984 ਨੂੰ ਉਹਨਾਂ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਉਸ ਟਾਈਮ ਮੈਂ 4 ਮਹੀਨਿਆਂ ਦਾ ਸੀਗਾ, ਮੈਂ ਆਪਣੇ ਫਾਦਰ ਸਾਹਿਬ ਨੂੰ ਨਹੀਂ ਦੇਖਿਆ ਹੈਗਾ। ਮੇਰੇ ਡੈਡੀ ਜੀ ਦੀ ਮੇਰੇ ਕੋਲ ਇਹ ਪੱਗ ਨਿਸ਼ਾਨੀ ਹੈਗੀ ਆ ਜੀ, ਇਹ ਪੱਗ ਨੂੰ ਦੇਖ ਕੇ ਅਸੀਂ ਜਿਉਂਦੇ ਹਾਂ ਜੀ। ਔਰ ਮੇਰੀ ਵਿਧਵਾ ਮਾਂ ਦਾ ਕੀ ਦਰਦ ਹੈਗਾ ਇਹ ਮੈਨੂੰ ਪਤਾ ਜੀ। ਔਰ ਮੌਕੇ ਦੀਆਂ ਸਰਕਾਰਾਂ ਨੇ ਕੋਈ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ। ਮੇਰਾ ਨਾਂ ਕਾਲ ਸਿੰਘ ਹੈ ਜੀ, ਮੈਂ ਜੰਮੂ ਜੇ ਐਂਡ ਕੇ ਸਲਾਲ ਪ੍ਰੋਜੈਕਟ ਹਾਈਡਲ ਪ੍ਰੋਜੈਕਟ ਵਿੱਚ ਨੌਕਰੀ ਕਰ ਰਿਹਾ ਸੀ।
1 ਨਵੰਬਰ 1984 ਨੂੰ ਅਸੀਂ ਤਲਵਾੜਾ ਕਲੋਨੀ ਦੇ ਅੰਦਰ ਅਸੀਂ ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਜੰਮੂ ਜੇ ਐਂਡ ਕੇ ਵਿੱਚ ਅਸੀਂ ਸੇਵਾ ਕਰਨ ਵਾਸਤੇ ਇਕੱਤਰ ਸੀ। ਅਸੀਂ ਕਸਬੇ ਦਾ ਜੋ ਕਾਫਲਾ ਆਇਆ ਗੁਰਦੁਆਰੇ 'ਤੇ ਹਮਲਾ ਕਰਨ ਵਾਸਤੇ ਆਇਆ, ਉਹ ਮੋਟਰਾਂ ਗੱਡੀਆਂ 'ਤੇ ਮੋਟਰਸਾਈਕਲਾਂ 'ਤੇ ਰਸਤੇ ਆਇਆ ਗੁਰਦੁਆਰਾ ਕਲੋਨੀ ਦੇ ਅੰਦਰ ਆ ਕੇ ਉਹਨਾਂ ਨੇ ਫਾਇਰਿੰਗ ਕੀਤਾ। ਫਾਇਰਿੰਗ ਕਰਕੇ ਬਿਲਡਿੰਗ ਤੋੜਨੀ ਚਾਲੂ ਕੀਤੀ, ਅੱਗ ਲਾਉਣੀ ਚਾਲੂ ਕੀਤੀ ਦਰਵਾਜ਼ਿਆਂ ਨੂੰ, ਤੇਲ ਪੈਟਰੋਲ ਡੀਜ਼ਲ ਸੁੱਟ ਕੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਗ੍ਰਨੇਡ ਚਲਾ ਕੇ ਬਿਲਡਿੰਗ ਤੋੜਨੀ ਚਾਲੂ ਕਰ ਦਿੱਤੀ। 14 ਬੰਦੇ ਹੱਥ ਖੜ੍ਹੇ ਕਰਕੇ ਵੀ ਗੁਰਦੁਆਰੇ ਤੋਂ ਬਾਹਰ ਆਏ, ਅਤੇ ਜਿਨ੍ਹਾਂ ਦੇ ਵਿੱਚੋਂ ਮੈਂ ਨੱਠ ਕੇ ਆਪਣਾ ਬਚਿਆ। ਅਤੇ ਉਸ ਤੋਂ ਬਾਅਦ ਪਤਾ ਨਹੀਂ ਕਿ ਮੈਂ ਕਿਸ ਤਰ੍ਹਾਂ ਬਚਿਆ ਆਪਣੇ ਹੱਥ ਖੜ੍ਹੇ ਕਰਕੇ। ਅਤੇ 14 ਬੰਦੇ ਜਿਹੜੇ ਹੱਥ ਖੜ੍ਹੇ ਕਰਕੇ ਬਾਹਰ ਆਏ, ਗੁਰਦੁਆਰੇ ਤੋਂ ਬਾਹਰ ਆਏ, ਉਹਨਾਂ ਨੂੰ ਸਰੀਏ ਲਾਈਨ ਵਿੱਚ ਲਗਾ ਕੇ ਸਰੀਏ ਮਾਰ ਕੇ, ਸਿਰ ਵਿੱਚ ਸਰੀਏ ਮਾਰ ਕੇ, ਇੱਕ ਇੱਕ ਦੇ ਸਰੀਏ ਸਿਰ 'ਚ ਮਾਰ ਮਾਰ ਕੇ ਖਤਮ ਕਰਦੇ ਚਲੇ ਗਏ। ਔਰ ਤਾਂ ਬੇਰਹਿਮੀ ਦੇ ਨਾਲ ਉਹਨਾਂ ਨੂੰ ਬਹੁਤ ਰਹਿਮੀ ਦੇ ਨਾਲ ਮਾਰਿਆ ਗਿਆ, ਜਦਕਿ ਉਹਨਾਂ ਦੇ ਕੱਪੜੇ ਝੋਸੇ ਹੋਏ ਸਨ, ਅੱਖਾਂ ਝੋਸੀਆਂ ਸੀ, ਬਿਲਕੁਲ ਜਿਉਂਦੇ ਸੀ। ਅਤੇ ਉਹਨਾਂ ਨੂੰ ਮੌਕੇ 'ਤੇ ਗੌਰਮੈਂਟ ਪਹੁੰਚਾਉਣਾ ਚਾਹੇ ਤਾਂ ਬਚ ਵੀ ਸਕਦੇ ਸੀ, ਲੇਕਿਨ ਸਾਡੀ ਗੌਰਮੈਂਟ ਨੇ ਇਹਨਾਂ ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ। 14 ਬੰਦੇ ਜਿਹੜੇ ਸ਼ਹੀਦ ਹੋਏ, ਉਹਨਾਂ ਦੇ ਵਾਰਸਾਂ ਨੂੰ ਕੋਈ ਲਾਸ਼ ਨਹੀਂ ਦਿੱਤੀ ਗਈ, ਅਤੇ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ ਕੀ ਬਣਿਆ ਕੀ ਨਹੀਂ ਬਣਿਆ। ਮੈਂ ਅੱਜ ਤੱਕ ਦੇਖ ਨਹੀਂ ਸਕਿਆ, ਕਦੀ ਵੀ ਨਹੀਂ ਦੇਖਿਆ ਅੱਜ ਤੱਕ। ਮੇਰਾ ਨਾਂ ਕਿਸ਼ਨ ਕੌਰ ਆ, ਸਰਦਾਰ ਜੀ ਦਾ ਨਾਂ ਰੇਸ਼ਮ ਸਿੰਘ, ਸਲਾਲ ਪ੍ਰੋਜੈਕਟ ਮਕੈਨਿਕ, ਸਪੈਸ਼ਲ ਮਕੈਨਿਕ ਦਾ ਕੰਮ ਕਰਦੇ ਸੀਗੇ। ਤਲਵਾੜਾ ਕਲੋਨੀ ਜੇ ਐਂਡ ਕੇ, ਜੰਮੂ ਕਸ਼ਮੀਰ ਜੇ ਐਂਡ ਕੇ, ਊਧਮਪੁਰ ਡਿਸਟ੍ਰਿਕਟ ਲੱਗਦਾ, ਅੱਜ ਕੱਲ੍ਹ ਤਾਂ ਰਿਆਸੀ ਬਣ ਗਿਆ, ਉਦੋਂ ਊਧਮਪੁਰ ਸੀਗਾ ਡਿਸਟ੍ਰਿਕਟ। 1984 ਪਹਿਲੀ ਤਰੀਕ ਆਪਾਂ ਆਪਣੇ ਕੁਆਟਰ ਬੈਠੇ ਸੀਗੇ, ਉੱਥੇ ਨੌਕਰੀ ਕਰਨ ਵਾਸਤੇ ਗਏ। ਸਾਡੇ ਸਰਦਾਰ ਜੀ ਨੌਕਰੀ ਕਰਦੇ ਪ੍ਰੋਜੈਕਟ 'ਤੇ, ਸਲਾਰ ਪ੍ਰੋਜੈਕਟ, ਅਤੇ ਕੁਆਟਰ ਬੈਠੇ ਸੀ। ਇਹਨਾਂ ਨੂੰ ਪਤਾ ਲੱਗਾ ਵੀ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ, ਅਸੀਂ ਵੀ ਗਏ, ਸਾਨੂੰ ਪਤਾ ਲੱਗਾ। ਅਤੇ ਗੁਰਦੁਆਰਾ ਸਾਹਿਬ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀਗਾ, 8 ਤਰੀਕ ਨੂੰ ਜਨਮ ਦਿਨ ਸੀਗਾ। 2 ਮੰਜ਼ਲੀ ਗੁਰਦੁਆਰਾ ਸੀਗਾ, ਲੋਕ ਉੱਪਰ ਚੜ੍ਹ ਗਏ ਗੁਰਦੁਆਰਾ ਸਾਹਿਬ ਦੇ ਉੱਤੋਂ ਅੱਗ ਬਾਲ ਕੇ ਥੱਲੇ ਸਿੱਟਦੇ, ਮਹਾਰਾਜ ਦੇ ਸਰੂਪ ਨੂੰ ਵੀ ਅੱਗ ਲਾ ਤੇ ਅੰਦਰੇ ਭੇਟ ਕਰ ਦਿੱਤਾ। ਉਹ ਮਤਲਬ ਆਪਣੀ ਰੱਖਿਆ ਵਾਸਤੇ ਲੜਦੇ ਰਹੇ ਕਾਫੀ ਦੇਰ, ਬਾਬਾ ਜੀ ਦੇ ਵਾਸਤੇ ਲੜਦੇ ਰਹੇ, ਉਹਨਾਂ ਨੇ ਅੰਦਰੇ ਸ਼ਹੀਦੀ ਪਾ ਦਿੱਤੀ, ਉਹਨਾਂ ਨੂੰ ਅੰਦਰੋਂ ਨਿਕਲ ਨਹੀਂ ਦਿੱਤਾ, ਜਾਣੀ ਕਿ ਬਾਬਾ ਜੀ ਨੂੰ ਵੀ ਅਗਨੀ ਦੀ ਭੇਟ ਕਰ ਦਿੱਤਾ। ਮਤਲਬ ਜਿੱਦਾਂ 14 ਬੰਦੇ ਅੰਦਰ ਸੀਗੇ, ਉਹਨਾਂ ਨੂੰ ਸਰਾਹਤ ਕੱਢਿਆ, ਉਹਨਾਂ ਨੂੰ ਕਹਿੰਦੇ ਬਾਹਰ ਆ ਜਾਓ, ਤੁਹਾਨੂੰ ਕੁਛ ਨਹੀਂ ਕਹਿੰਦੇ ਅਸੀਂ, ਅਤੇ ਉਹਨਾਂ ਦੀ ਲਾਈਨ ਬਣਾ ਕੇ ਬਿਠਾ ਕੇ ਉਹਨਾਂ ਦੇ ਉੱਤੇ ਬਲੌਕੀਆਂ ਮਾਰ ਮਾਰ ਕੇ, ਡਾਂਗਾ ਆਪਣੇ ਰਾਡਾਂ ਦੇ ਨਾਲ ਮਾਰ ਕੇ ਬਿਠਾ ਕੇ ਸ਼ਹੀਦ ਕਰ ਦਿੱਤਾ ਉਹਨਾਂ ਨੇ, ਉੱਥੇ ਬੈਠਿਆਂ ਬੈਠਿਆਂ ਲਾਈਨ ਲਾ ਕੇ। ਅਤੇ ਬਾਕੀ ਸਾਨੂੰ ਤਾਂ ਉਹਨਾਂ ਨੇ ਲਾਸ਼ਾਂ ਤੱਕ ਵੀ ਨਹੀਂ ਦਿੱਤੀਆਂ, ਦੇਖਣ ਤੱਕ ਵੀ ਨਹੀਂ ਦਿੱਤੇ ਵੀ ਅਸੀਂ ਦੇਖ ਹੀ ਲਈਏ। ਕਰਫੂ ਲੱਗਾ ਸੀ, ਰੋਂਡੀਆਂ ਪਿੱਟਦੀਆਂ ਸੀ ਜਾਂਦੇ ਸੀ, ਅਤੇ ਸਾਨੂੰ ਮਿਲਣ ਵੀ ਨਹੀਂ ਦਿੱਤਾ, ਨਾ ਅਸੀਂ ਦੇਖੇ ਕਿੱਥੇ ਸਿੱਟੇ ਕਿੱਥੇ ਨਹੀਂ ਸਿੱਟੇ, ਸਾਨੂੰ ਕੋਈ ਪਤਾ ਨਹੀਂ। ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ, ਸਾਡੀ ਅੱਜ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ, ਨਾ ਸਾਨੂੰ ਕਿਸੇ ਨੇ ਪੁੱਛਿਆ ਵੀ ਕਿੱਦਾਂ ਆ ਕਿੱਦਾਂ ਨਹੀਂ ਆ। ਅਤੇ ਜਿਨ੍ਹਾਂ ਨੇ ਸਾਡੇ ਆਦਮੀ ਨਹੱਕੇ ਮਾਰੇ ਆ, ਅੱਜ ਤੱਕ ਉਹ ਸ਼ਰੇਆਮ ਫਿਰਦੇ ਆ, ਨਾ ਕਿਸੇ ਨੇ ਉਹਨਾਂ ਨੂੰ ਕੋਈ ਸਜਾਵਾਂ ਦਿੱਤੀਆਂ, ਨਾ ਕਿਸੇ ਨੇ ਉਹਨਾਂ ਨੂੰ ਪੜ੍ਹਿਆ, ਅਤੇ ਨਾ ਸਾਨੂੰ ਕਿਸੇ ਨੇ ਆ ਕੇ ਪੁੱਛਿਆ। ਸਾਡੇ ਬੱਚੇ ਵੀ ਜਵਾਨ ਹੋ ਗਏ, ਨਾ ਉਹਨਾਂ ਨੂੰ ਕੋਈ ਨੌਕਰੀ ਆ, ਨਾ ਕੁਛ ਆ। ਇਸ ਕਰਕੇ ਆਪਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ
ਸਜਾਵਾਂ ਦਿੱਤੀਆਂ ਜਾਣ, ਸਾਡੇ ਬੱਚਿਆਂ ਨੂੰ ਵੀ ਰੋਟੀ ਰੋਜੀ ਦਿੱਤੀ ਜਾਵੇ। ਮੈਂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪੰਨੂ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਜੰਮੂ ਦੇ ਪੀੜਤ ਪਰਿਵਾਰ ਜਿੱਦਾਂ ਹੋਰਨਾਂ ਕਤਲੇਆਮ ਪਰਿਵਾਰਾਂ ਨੂੰ ਸਹਾਇਤਾ ਦਿੱਤੀ, ਇਸ ਤਰ੍ਹਾਂ ਸਾਡੀ ਵਾਲਾ ਵੀ ਮੈਂ ਬੇਨਤੀ ਕਰਦੀ ਸਾਡੀ ਵਾਲਾ ਵੀ ਧਿਆਨ ਦਿੱਤਾ ਜਾਵੇ। ਸਿੱਖਸ ਫੋਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਾਥ ਦਿਓ ਤਾਂ ਜੋ ਕਾਤਲਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਉੱਨੀ ਵਿੱਚ ਜੋ ਹੋਇਆ ਨਹੀਂ ਹੋਣਾ ਚਾਹੀਦਾ ਸੀ। ਅਜੇ ਤੱਕ ਉੱਨੀ ਦੇ ਦੋਖੀਆਂ ਨੂੰ ਇਨਸਾਫ ਨਹੀਂ ਦੇ ਸਕੀਆਂ ਇਹ ਸਰਕਾਰਾਂ। ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੁੱਚੜ ਜਿਨ੍ਹਾਂ ਦੇ ਕਰਕੇ 1984 ਦਾ ਕਾਂਡ ਹੋਇਆ, ਜਿਨ੍ਹਾਂ ਉੱਤੇ ਦੋਸ਼ ਨੇ 1984 ਦੇ ਕਾਂਡ ਪਿੱਛੇ ਦੀ ਸਾਜਿਸ਼ ਦੇ, ਕਤਲੇਆਮ ਦੇ, ਉਹਨਾਂ ਖਿਲਾਫ਼ ਕਾਰਵਾਈ ਕਰ, ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਹਜ਼ਾਰਾਂ ਸਿੱਖ ਜੋ ਬੇਮੌਤ ਮਾਰੇ ਗਏ ਸਨ ਉਹਨਾਂ ਦੀ ਰੂਹ ਨੂੰ ਠੰਡ ਮਿਲ ਸਕੇ। ਜੇ ਵਿਚਾਰ ਚੰਗੇ ਲੱਗੇ ਹੋਣ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।